लो जी हाडे डायरेक्टर साहब वेले वुले हो गए हुण चाह पीण दे बेचारे जे नहीं छड़दा ते कोड़ हुंदा छड़दे ते कोड़ खावे ते जहर हाथी दंद दा बनिया हुंदा जूड़ा हुण ते इंदा जंगल च प्लास्टिक दे बना बना दई जांदे आ ਵੱਢ ਦਈਏ ਸੁਣ ਮੇਰੀ ਗੱਲ ਸੁਣੀ ਇੱਕ ਮਿੰਟ ਵੱਢ ਦਈਏ ਬੱਕਰਾ ਤੇ ਖਾਧਾ ਜਾਂਦਾ ਮਾਸ ਉਹਦਾ ਖੱਲੜੀ ਦੀ ਢੋਲਕੀ ਤੇ ਤਬਲਾ ਬਣਾਇਆ ਜਾਂਦਾ ਮਰ ਜਾਵੇ ਮਿਰਗ ਤੇ ਬਣਦਾ ਸਰੰਗੀ ਸਾਜ਼ ਸਿੰਘ ਬਾਰਾ ਸਿੰਘੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ ਮਰ ਜਾਵੇ ਸ਼ੇਰ ਤੇ ਲਹਾ ਕੇ ਫਿਰ ਉਹਦੀ ਖੱਲ ਹੇਠਾਂ ਸੰਤਾਂ ਸਾਧੂਆਂ ਦੇ ਆਸਣ ਵਛਾਇਆ ਜਾਂਦਾ ਮਰ ਜਾਵੇ ਹਾਥੀ ਉਹਦਾ ਮੁੱਲ ਪੈਂਦਾ 1,25,00,000 ਦੰਦਾਂ ਦਾ ਬਣਾ ਕੇ ਚੂੜਾ ਬਾਹਾਂ ਵਿੱਚ ਪਾਇਆ ਜਾਂਦਾ ਹੱਡ ਮਾਸ ਨਾੜੀ ਚੰਮ ਬੰਦੇ ਦਾ ਨਹੀਂ ਕਿਸੇ ਕੰਮ ਕਬਰਾਂ 'ਚ ਦੱਬੀ ਦਾ ਜਾਂ ਚਿਖਾ ਤੇ ਜਲਾਇਆ ਜਾਂਦਾ ਦੇਸ਼ ਕੌਮ ਲਈ ਜਿਹੜੇ ਹੱਸ ਜਾਨਾਂ ਵਾਰ ਜਾਂਦੇ ਉਹਨਾਂ ਮਰਦਾਂ ਦਾ ਜਸ ਜੱਗ ਵਿੱਚ ਗਾਇਆ ਜਾਂਦਾ ਦੇਸ਼ ਕੌਮ ਲਈ ਜਿਹੜੇ ਹੱਸ ਜਾਨਾਂ ਵਾਰ ਜਾਂਦੇ ਵਾਹ ਜੀ ਵਾਹ ਤਾੜੀ 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 ਬੱਕਰਾ ਆਪਣੀ ਜਾਨ ਗਵਾ ਕੇ ਤੇ ਫੇਰ ਹੀ ਓਹਦਾ ਉਹ ਬਣਦਾ ਵਾ ਓਹਦੀਆਂ ਨਾੜਾਂ ਦਾ ਬਣਦਾ ਨਾੜਾਂ ਦਾ ਬਣਦਾ ਓਹਦੀਆਂ ਨਾੜਾਂ ਸੁਕਾ ਕੇ ਨਾ ਸਰੰਗੀ ਜਿਹੜੀ ਹੁੰਦੀ ਆ ਓਹਦੀ ਨਾੜਾਂ ਦੀ ਬਣੀ ਹੁੰਦੀ ਆ ਬਾਬੇ ਮਾਂ ਜੀ ਗਈ ਬਾਬਾ ਮੈਂ ਕਮੈਂਟਰੀ ਸੁਣੀ ਮਾਮਾ ਜੀ ਕਹਿੰਦੇ ਪੈਟਰੋਲ ਪੰਪ ਦੇ ਨੰਬਰ ਆਉਂਦੇ ਫੜੇ ਗਏ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਆ ਸਭ ਰਿਕਾਰਡਿੰਗ ਹੋਣ ਡਈ ਆ ਉਸ ਤਰ੍ਹਾਂ ਮਹਾਰਾਜ ਦੀ ਇੰਨੀ ਮਿਹਰ ਹੈ ਪਰਸਨ ਹੀ ਚੁੱਕਿਆ ਗਿਆ ਕਿਦਾਂ ਚੱਲਿਆ ਗਿਆ ਉਹ ਚੋਰ ਵੀ ਸਮਝ ਗਏ ਵੀ ਉੱਥੇ ਬਾਬਾ ਮਾਨ ਜੀ ਦਾ ਮੇਲਾ ਹੁੰਦਾ ਨਾ ਬਹੁਤ ਜਿਸ ਘਰ ਵਿੱਚ ਪੁੱਤ ਜੰਮੇ ਅਮਲੀ ਆਪ ਮਰਦਾ ਦੇ ਘਰਦਿਆਂ ਨੂੰ ਮਾਰ ਜਾਂਦਾ ਜਿਸ ਪੁੱਤ ਨੂੰ ਦੁੱਧ ਤੇ ਘਿਓ ਜੁੜਦਾ ਨਹੀਂ ਉਹ ਵਿੱਚ ਕਬੱਡੀ ਦੇ ਹਾਰ ਖਾਂਦਾ ਧੀ ਪੁੱਤ ਚੰਡਿਆ ਹੋਵੇ ਚੰਗਾ ਰੰਬਾ ਚੰਡਿਆ ਜਿਵੇਂ ਲੁਹਾਰਦਾ ਏ ਜਿਸ ਚੋਰ ਨੂੰ ਚੋਰੀ ਦਾ ਝੱਸ ਪੈ ਜੇ ਦੂਰ ਦੂਰ ਤਾਈ ਝਾਤੀਆਂ ਮਾਰਦਾ ਏ ਜਿਸ ਬੰਦੇ ਦੇ ਬੋਲ ਤੇ ਤੋਲ ਪੂਰੇ ਉਹਨੂੰ ਡਰ ਕਾਹਦਾ ਸਰਕਾਰ ਦਾ ਏ ਜਿਹੜਾ ਗੁਰੂ ਘਰ ਦੀ ਗੱਲ ਕਰਦਾ ਆਪ ਤਰਦਾ ਤੇ ਹੋਰਾਂ ਨੂੰ ਤਾਰਦਾ ਏ ਜਿਹੜਾ ਗੁਰੂ ਘਰ ਦੀ ਗੱਲ ਕਰਦਾ ਆਪ ਤਰਦਾ ਤੇ ਹੋਰਾਂ ਨੂੰ ਤਾਰਦਾ ਏ ਜਿਹਨੂੰ ਚੋਰੀ ਦੀ ਆਦਤ ਪੈ ਜਾਂਦੀ ਆ ਨਾ ਉਹ ਨਿੱਕੀ ਜਿਹੀ ਨਿਗੁਣੀ ਜਿਹੀ ਚੀਜ਼ ਵਿੱਚ ਹੋ ਕੇ ਸੰਤੁਸ਼ਟ ਹਾਂਜੀ ਹੁਣ ਮੈਨੂੰ ਵੀ ਬਹੁਤ ਆਦਤ ਹੁੰਦੀ ਆ ਗੱਲ ਸੁਣੋ ਪੈਸੇ ਵੇਖ ਕੇ ਮੇਰਾ ਵੀ ਧਿਆਨ ਹੋ ਗਿਆ ਵੀ ਤੁਹਾਡੇ ਉੱਥੇ ਪੈਸੇ ਪਏ ਬਾਰੀ ਗਾੜੀ 20 ਰੁਪਏ 30 ਆ ਹਰਿਆ ਕਵੀਆਂ ਦਾ ਨੋਟ ਤੇ ਕਦਾਂ ਦਾ ਵਾ ਮੈਂ ਕਹਿੰਦਾ ਹੀ ਮਾਇਆ ਲੱਭ ਗਈ ਆ ਚਲੋ ਫਿਰ ਪੁੱਤ ਬਣਾਓ ਫਿਰ ਚੱਲੀਏ ਫਿਰ ਹਾਂ ਬਣਾ ਸ਼ਾ ਮਜੋਦ ਤੇ ਨਹੀਂ ਸੁਣਾ ਦੋ ਕੋਈ ਸੰਦ ਨਹੀਂ ਇਹਨੂੰ ਨਹੀਂ ਆਉਂਦਾ ਉਹ ਸਾਰਾ ਕੁਝ ਇਹਨਾਂ ਨੂੰ ਦਿੱਤਾ ਹੋਇਆ ਵਾ ਸੰਦ ਉਹਨਾਂ ਨੇ ਕੀ ਸੁਣਾਉਣਾ ਅੰਕਲ ਜੀ ਵਿਚਾਰੇ ਜਦੋਂ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਰਦੇ ਰਹਿੰਦੇ ਆ ਮੈਂ ਕਹਿੰਦੀ ਹੋਰ ਕੋ ਸੁਣਾਉਣ ਤੇ ਉਹ ਫਤਿਹ ਬੁਲਾ ਦਿੰਦੇ ਮਿੰਟੋ ਮਿੰਟੀ ਚੱਲ ਵੀ ਅੰਕਲ ਜੀ ਨਾ ਹੀ ਬੋਲਣ ਤੇ ਅਸੀਂ ਘਰ ਨੂੰ ਜਾਈਏ ਉੱਥੇ ਪਾਈਏ ਨਹੀਂ ਨਹੀਂ ਕੋਈ ਗੱਲ ਨਹੀਂ ਕਰੋ ਗੱਲ ਬਾਤ ਚਲੋ ਕੱਲ ਮਾਮੀ ਜੀ ਕਹਿੰਦੇ ਮਨਪ੍ਰੀਤ ਤੁਸੀਂ ਇੰਨਾ ਲੇਟ ਕਰਤਾ ਵਿਚਾਰਾ ਮਾਮੀ ਨੇ ਜਾ ਕੇ ਤੇ ਸਾਰਾ ਕੰਮ ਵੀ ਕਰਨਾ ਸੀਗਾ ਤੇ ਕਹਿੰਦੇ ਕਹਿੰਦੇ ਮਾਮੀ ਕਹਿੰਦੀ ਤੂੰ ਤੇ ਮਾਮੀ ਕਹਿੰਦੀ ਮੈਂ ਤੇ ਵਿਹਲੀ ਬਹਿਣਾ ਸੀ ਮੈਂ ਉਹ ਤੇ ਕੰਮ ਇੱਧਰ ਉਲਟ ਮਨਜੋਦ ਰਜਾਈ ਚ ਵੜ ਗਿਆ ਮੈਂ ਫੇਰ ਫਾਏ ਲੱਗੀ ਬਹਿ ਗਈ ਨਹੀਂ ਮੈਨੂੰ ਕਹਿੰਦੇ ਵੀ ਤੂੰ ਤੇ ਜਾਂਦੇ ਰਜਾਈ ਚ ਵੜ ਜਾਣਾ ਤੇ ਮੇਰਾ ਕੰਮ ਹੋ ਜਾਏਗਾ ਪੱਠੇ ਵੇਲੇ ਕਿੱਥੇ ਲਿਉਣੇ 3 ਕਿਲੋਮੀਟਰ ਤੋਂ ਆ ਮੇਰੇ ਕੱਲ ਫਟਾਫਟ ਵੜਦੇ ਦਾਤੀ ਵੱਜ ਗਈ ਵੱਡਿਆ ਗਿਆ ਉਦਾਂ ਇਹ ਹਨ ਮੇਰੀ ਗੱਲ ਸੁਣੋ ਦਾਤਰ ਸਰੋਂ ਹਨ ਉਦਾਂ ਸਿਆਣਿਆ ਕਹੀ ਕਿਹਾ ਸਹੀ ਹੈ ਹਨ ਹਾਂ
ਜਨਾਨੀਆਂ ਜਦੋਂ ਚੁਗਲੀਆਂ ਕਰਨਾ ਪੈਂਦੀਆਂ ਜਾਂ ਗੱਲਾਂ ਕਰਨਾ ਪੈਂਦੀਆਂ ਫਿਰ ਕੰਮ ਕੁੰਮ ਸਾਰੇ ਭੁੱਲ ਜਾਂਦੇ ਜਿੱਦਾਂ ਹੁਣ ਮਨਪ੍ਰੀਤ ਸੀਨ ਬਣਾਉਣਾ ਭੁੱਲ ਗਈ ਹੈ ਗੱਲਾਂ ਗੁਰਵਰ ਸੌਣ ਨੀ ਦਿੰਦਾ ਮੈਨੂੰ ਰਾਤ ਵੀ ਤੇ ਪਹਿਲਾਂ ਮੈਂ ਐਡਿਟ ਕਰਦੀ ਰਹੀ ਫਿਰ ਨਾ ਅਪਲੋਡ ਨੀ ਹੋਣ ਦੀ ਕੱਲ ਪਰਸੋਂ ਕਿੰਨੇ 2 ਤਰੀਕ ਦੀ ਲਾਜੋ ਚਾੜਨੀ ਸ਼ੁਰੂ ਕੀਤੀ ਆ ਫਿਰ ਮੈਂ ਕਿਹਾ ਚੱਲ ਪਬਲਿਕ ਹੀ ਕਰ ਦਿੰਦੀ ਪਬਲਿਕ ਵੀ ਭੈਣਾ ਜੋ ਰਾਤ ਤੋਂ 2 ਤਰੀਕ ਦੀ ਕਰਨੀ ਸ਼ੁਰੂ ਹੋਈ 3 ਤਰੀਕ ਵੀ ਲੰਘ ਗਈ ਤੇ ਹੁਣ ਅੱਜ 4 ਜਾ ਕੇ ਫਿਰ ਅੱਧੀ ਕਰਕੇ ਤੇ ਫਿਰ ਪਾਈ ਜਿਹੜੇ ਰੋਗੀ ਨੇ ਨਹੀਂ ਪਰਹੇਜ ਕਰਨਾ ਉਹਦੇ ਇਲਾਜ ਕਰਾਉਣ ਦਾ ਕੀ ਫਾਇਦਾ ਕਰਜ਼ਾ ਲੈ ਕੇ ਜਿਨ੍ਹਾਂ ਨੇ ਮੋੜਨਾ ਹੀ ਨਹੀਂ ਉਹਦੇ ਵਿਆਜ ਵਧਾਉਣ ਦਾ ਕੀ ਫਾਇਦਾ ਉਹ ਰੋਟੀ ਮੱਕੀ ਦੀ ਨਹੀਂ ਪਕਾ ਸਕਦੀ ਤੇ ਕੱਲੇ ਸਾਗ ਬਣਾਉਣ ਦਾ ਵੀ ਕੀ ਫਾਇਦਾ ਜਿਹਦੇ ਪਿਆ ਹੋਵੇ ਲੀਵਰ ਚ ਨੁਕਸ ਤੇ ਉਹਨੂੰ ਬੱਤਾ ਪੀਣ ਦਾ ਕੀ ਫਾਇਦਾ ਤੇ ਜਿਹਦਾ ਸਰੀਰ ਠੰਡ ਨਾ ਚੱਲਦਾ ਹੋਵੇ ਤੇ ਉਹਨੂੰ ਸਵੇਰੇ ਨਹਾਉਣ ਦਾ ਕੀ ਪੀਲੀ ਸਰੋਂ ਮਤਲਬ ਅਸੀਂ ਛੇਤੀ ਸਰੋਂ ਕਹਿ ਦਿੰਦੇ ਓਦੋਂ ਪੀਲੀ ਸਰੋਂ ਨਹੀਂ ਇਹ ਸਾਰੇ ਮਸਾਲਿਆਂ ਚ ਪਾਉਂਦੇ ਮੈਂ ਤੇ ਬਲਜੀਤ ਜੀ ਨੇ ਟਰਾਈ ਕੀਤਾ ਪਰ ਸਾਨੂੰ ਨੀ ਆਉਂਦਾ ਏਦਾਂ ਕਰਨਾ ਲਸਣ ਵੀ ਕਰਨਾ ਛੋਰੀਆਂ ਫਿਰ ਝਗੜਾ ਕਰ ਰਹੀ ਕਿਆ ਹੋ ਗਿਆ ਫਿਰ ਲੜ ਪੜੀ ਤੂੰ ਆਲੀ ਵੀ ਕਪਾਈ ਨਹੀਂ ਨਹੀਂ ਕਪਾਈ ਇਹ ਛੋਰੀਆਂ ਫਿਰ ਲੜ ਪੜੀ ਦੇਖੋ ਕੈਸੇ ਝਗੜਾ ਕਰ ਰਹੀ ਹੈ ਹਟੋ ਮੈਂ ਰੋਕਤਾ ਹੂੰ ਇਨਕੋ ਅਰੇ ਛੋੜੋ ਮੇਰੇ ਫਟ ਜਾਏਗੀ ਝਗੜਾ ਕਰ ਰਹੀ ਹੈ ਤੂੰ ਛੋੜੋ ਛੋੜੋ ਮੇਰੀ ਲਗਾਈ ਕੋ ਕਿਉਂ ਲਗਾਈ ਕੋ ਛੋੜੋ ਲਗਾਈ ਦੇ ਦੋ ਰੱਖੋ ਲਗਾਈ ਨੂੰ ਤਾਂ ਕਰ ਦੇ ਪਰੇ ਕਰ ਦੇ ਆਪਣੀ ਘਰ ਤੇ ਘਰ ਵਿੱਚ ਬਚਾਉਣ ਦੇ ਆਸ ਕੋ ਚਲੋ ਮੈਂ ਇਹ ਦੋਵੇਂ ਇੱਕ ਦੂਜੇ ਇਹ ਜਦੋਂ ਇਹਦੇ ਵੱਜ ਜੂਗੀ ਨਾ ਫਿਰ ਅਸੀਂ ਦੋਵੇਂ ਇੱਕ ਦੂਜੇ ਵਾਲ ਕਰਾਂਗੇ ਹਾਂ ਪਹਿਲਾਂ ਕਹਿਣਾ ਵਾ ਕਿ ਕਿਉਂ ਝਗੜਾ ਕਰ ਰਹੀ ਹਾਂ ਮੈਂ ਆਪਣੀ ਭੈਣ ਦਾ ਸਾਥ ਦੇਣਾ ਵਾ ਓਕੇ ਆਹੋ ਨਹੀਂ ਲਗਾਈ ਛੋੜੋ ਲਗਾਈ ਨੂੰ ਫੜ ਕੇ ਕਿਆ ਤੂੰ ਝਗੜਾ ਕਰ ਰਹੀ ਹੋ ਕਿਆ ਹੁਆ ਇਧਰ ਤੂੰ ਮੇਰੀ ਭੈਣੋ ਕੇ ਸਾਥ ਮਤ ਝਗੜਾ ਕੀਆ ਕਰ ਹਰ ਵਕਤ ਲੜਤੀ ਰਹਿਤੀ ਹੈ ਜਦੋਂ ਲੜਾਈ ਰਾਜਵੰਤੀ
मोबाइल चली यार।